ਪ੍ਰਕਾਸ਼ਪੁਰਬ ਸਮਾਗਮਾਂ 'ਚ ਵੱਖਰੀ ਸਟੇਜਾਂ ਦੇ ਮੁੱਦੇ 'ਤੇ ਹੁਣ ਕੇਂਦਰ ਸਰਕਾਰ ਵੀ ਸ਼ਾਮਲ ਹੋ ਗਈ ਹੈ। ਪੰਜਾਬ ਦੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਨੇ। ਰੰਧਾਵਾ ਮੁਤਾਬਕ ਬੀਤੇ ਦਿਨੀ ਡੇਰਾ ਬਾਬਾ ਨਾਨਕ ਪੁੱਜੇ ਭਾਰਤ ਸਰਕਾਰ ਦੇ ਹੋਮ ਸਕੱਤਰ ਨੇ ਕੇਂਦਰ ਸਰਕਾਰ ਵੱਲੋਂ ਲਗਾਈ ਜਾਣ ਵਾਲੀ ਸਟੇਜ ਦੀ ਥਾਂ ਫਾਈਨਲ ਕੀਤੀ ਸੀ। ਜੇਕਰ ਕੇਂਦਰ ਸਰਕਾਰ ਉਸ ਵੇਲੇ ਹੀ ਆਪਣੀ ਮਨਸ਼ਾ ਜ਼ਾਹਿਰ ਕਰ ਦਿੰਦੀ ਤਾਂ ਪੰਜਾਬ ਸਰਕਾਰ ਅੱਡ ਸਟੇਜ ਹੀ ਨਾ ਲਗਾਉਂਦੀ। ਸਟੇਟ ਸੈਂਟਰ ਦੇ ਜਿਹੜੇ ਰਿਲੇਸ਼ਨਸ਼ਿਪ ਨੇ, ਇਹ ਸਾਨੂੰ ਇਹਨਾਂ ਨੂੰ ਆਨਰ ਕਰਨਾ ਚਾਹੀਦਾ। ਔਰ ਪ੍ਰਾਈਮ ਮਿਨਿਸਟਰ ਜਾਂ ਪ੍ਰੈਜੀਡੈਂਟ ਆਫ ਇੰਡੀਆ ਜਦੋਂ ਵੀ ਆਉਂਦੇ ਨੇ, ਉਹ ਸਟੇਟ ਗਵਰਨਮੈਂਟ ਵੱਲੋਂ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਜਾਂ ਉਹਨਾਂ ਦੀ ਕੰਸਲਟੇਸ਼ਨ ਦੇ ਨਾਲ ਉਹ ਕੀਤੇ ਜਾਂਦੇ ਨੇ, ਇਹ ਜਿਹੜਾ ਇੱਥੇ ਕੀਤਾ ਗਿਆ। ਅਗਰ ਮੈਂ ਇਹਦੇ ਨਾਲ ਇਹ ਵੀ ਵਿੱਚ ਐਡ ਕੀਤਾ ਸੀ ਕਿ ਜਿਸ ਦਿਨ ਹੋਮ ਸੈਕਟਰੀ ਗਵਰਨਮੈਂਟ ਆਫ ਇੰਡੀਆ ਆਏ, ਤੁਸੀਂ ਸਾਰੇ ਇੱਥੇ ਸੀ, ਉਹ ਮੇਰੇ ਖਿਆਲ 20-22 ਦਿਨ ਪਹਿਲਾਂ ਆਏ ਸੀ, ਉਸ ਦਿਨ ਇੱਥੇ ਕੋਈ ਉਹਨਾਂ ਨੇ ਤੁਹਾਡੇ ਸਾਹਮਣੇ ਉਹਨਾਂ ਨੇ ਕੋਈ ਇਹੋ ਜਿਹੀ ਇੰਡੀਕੇਸ਼ਨ ਨਹੀਂ ਦਿੱਤੀ ਕਿ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਵੱਖਰਾ ਫੰਕਸ਼ਨ ਕਰਨਗੇ, ਉਹ ਥਾਂ ਦੇਖ ਕੇ ਗਏ। ਅਗਰ ਉਸ ਦਿਨ ਵੀ ਕਹਿ ਦਿੰਦੇ ਕਿ ਅਸੀਂ ਪ੍ਰਾਈਮ ਮਿਨਿਸਟਰ ਦਾ ਫੰਕਸ਼ਨ ਵੱਖਰਾ ਕਰਨਾ, ਮੈਂ ਬਾਬੇ ਨਾਨਕ ਨੂੰ ਦੋ ਥਾਵਾਂ 'ਤੇ ਵੰਡਣਾ ਨਹੀਂ ਸੀ ਚਾਹੁੰਦਾ। ਇੱਕੋ ਹੀ ਬਾਬਾ ਨਾਨਕ ਸੀ, ਜੇ ਉੱਥੇ ਚਾਦਰ ਵੰਡੀ ਗਈ ਸੀ, ਅੱਜ ਉਹ ਚਾਦਰ ਇਕੱਠੀ ਹੋ ਰਹੀ ਆ। ਅਤੇ ਇਹਨਾਂ ਪੋਲੀਟੀਕਲ ਲੀਡਰਾਂ ਨੇ ਇਸ ਚੀਜ਼ ਦੇ ਵਿੱਚ ਆ ਕੇ ਜਿਹੜੇ ਸਟੇਟ ਦੀ ਜੋ ਰਿਸਪੋਂਸੀਬਿਲਿਟੀਜ਼ ਨੇ ਉਹਨਾਂ ਨੂੰ ਖਤਮ ਕਰ ਲਈ। ਇਹਨਾਂ ਆਪਣੀਆਂ ਪੋਲੀਟੀਕਲ ਰੋਟੀਆਂ ਸੇਕਣ ਲਈ ਇਹ ਬਿਕਰਮ ਮਜੀਠੀ ਹੋਣੀ ਸਟੇਟਮੈਂਟਾਂ ਦੇ ਰਹੇ ਨੇ। ਮੈਂ ਜੋ ਮੇਰਾ ਪ੍ਰੋਟੋਕੋਲ ਆ, ਮੈਂ ਉਹਦੇ ਮੁਤਾਬਕ ਲੈਟਰ ਲਿਖੀ ਆ। ਜੇ ਮੈਨੂੰ ਦੁਬਾਰਾ ਜ਼ਰੂਰਤ ਪਵੇਗੀ, ਮੈਂ ਫਿਰ ਲਿਖਾਂਗਾ। ਜੇ ਤਾਂ ਮੈਂ ਐਂਟੀ ਨੈਸ਼ਨਲ ਲਿਖੀ ਆ, ਫਿਰ ਤਾਂ ਕਹੀ ਜਾ ਸਕਦੀ ਆ। ਅਤੇ ਜੇ ਮੈਂ ਗੁਰੂ ਨਾਨਕ ਸਾਹਿਬ ਦੇ ਸ਼ਰਧਾ ਭਾਵਨਾ 'ਚ ਲਿਖੀ ਆ, ਤਾਂ ਇਹ ਬਿਕਰਮ ਮਜੀਠੀ ਹੋਣੀ ਉਹ ਨੇ ਜਿਹੜੇ ਇਹਨਾਂ ਦਾ ਸਾਰੀ ਦੁਨੀਆ ਨੂੰ ਪਤਾ ਕਿ ਇਹਨਾਂ ਦੀ ਬੈਕਗਰਾਊਂਡ ਕੀ ਆ। ਇਹਨੂੰ ਬੋਲਣ ਦੀ ਆਦਤ ਹੈ, ਇਹ ਬੋਲਦਾ ਰਹੇ। ਮੈਂ ਗੁਰੂ ਦੀ ਸੇਵਾ ਕਰ ਲਈ ਇੱਥੇ ਖੜ੍ਹਾਂ। ਮੇਰੇ ਲਈ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਨੇ, ਬਾਅਦ 'ਚ ਮੇਰੇ ਲਈ ਪੋਲੀਟੀਕਲ ਪਾਰਟੀ ਜਾਂ ਸਰਕਾਰ ਆ। ਸਿਰਫ ਸਟੇਜ ਹੀ ਨਹੀਂ, ਪਰਾਲੀ ਦੇ ਮੁੱਦੇ 'ਤੇ ਵੀ ਰੰਧਾਵਾ ਕੇਂਦਰ ਸਰਕਾਰ 'ਤੇ ਹੀ ਰਹੇ। ਉਹਨਾਂ ਕਿਹਾ ਕਿ ਸਿਰਫ ਸੂਬਾ ਸਰਕਾਰ ਇਸ ਮੁੱਦੇ ਦਾ ਹੱਲ ਨਹੀਂ ਕਰ ਸਕਦੀ। ਇਹਦੇ ਉੱਤੇ ਇੱਕ ਇਹੋ ਜਿਹਾ ਸੈਂਸਿਟਿਵ ਇਸ਼ੂ ਆ ਕਿ ਇਹਦੇ 'ਚ ਇਕੱਲੀ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਇਨਵੋਲਵ ਜੇ ਕਰੀਏ, ਤਾਂ ਪੰਜਾਬ ਗਵਰਨਮੈਂਟ ਕਿਸਾਨ ਦਾ ਇੰਨਾ ਖਰਚਾ ਨਹੀਂ ਚੁੱਕ ਸਕਦੀ। ਇਹਦਾ ਜਿਹੜਾ ਕੋਈ ਆਲਟਰਨੇਟਿਵ ਕੱਢਣਾ ਪਏਗਾ। ਜਿਵੇਂ ਪਾਕਿਸਤਾਨ ਦੇ ਵਿੱਚ ਤੁਸੀਂ ਵੇਖੋ ਕਿ ਉਹਨਾਂ ਦੇ ਜਦੋਂ ਤੁਸੀਂ ਗੂਗਲ 'ਤੇ ਜਾਂਦੇ ਹੋ, ਉੱਥੇ ਬਹੁਤ ਘੱਟ ਅੱਗ ਲੱਗ ਰਹੀ ਹੈ, ਕਿਉਂਕਿ ਉੱਥੇ ਜਿਹੜੀ ਬਾਸਮਤੀ ਦੇ ਜਾਂ ਹੋਰਨਾਂ ਚੀਜ਼ਾਂ ਦੀ ਉਹਨਾਂ ਦੀ ਕਟਾਈ ਹੱਥ ਨਾਲ ਕੀਤੀ ਜਾਂਦੀ ਹੈ। ਆਪਣੇ ਕਿਸਾਨ ਜਿਹੜੇ ਨੇ ਉਹ ਕੋਈ ਫਸਲ ਵੀ ਆ ਉਹਨੂੰ ਹੱਥ ਨਾਲ ਕੱਟਣ ਲਈ ਤਿਆਰ ਨਹੀਂ ਹੈ। ਇਮੀਡੀਏਟਲੀ ਔਰ ਥੋੜ੍ਹੇ ਦਿਨਾਂ 'ਚ ਉਹਨੂੰ ਖਤਮ ਕਰਨਾ ਚਾਹੁੰਦੇ ਨੇ। ਇਹਦੇ ਲਈ ਗਵਰਨਮੈਂਟ ਆਫ ਇੰਡੀਆ ਨੂੰ ਪਹਿਲੀ ਗੱਲ 'ਤੇ ਕਿ 100 ਰੁਪਈਆ ਪਰ ਕੁਇੰਟਲ ਰੇਟ ਵਧਾ ਦੇਣਾ ਚਾਹੀਦਾ ਕਿ 100 ਰੁਪਏ, ਉਹਦੇ ਬਾਅਦ ਸਖਤ ਤੋਂ ਸਖਤ ਕਾਨੂੰਨ ਲਿਆ ਕੇ ਪੰਜਾਬ 'ਚ ਲਾਗੂ ਕਰ ਦੇਣਾ। ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਈ ਗਈ ਸਟੇਜਾਂ 'ਤੇ ਸੰਤ ਸਮਾਜ ਹੀ ਕਾਬਜ ਰਹੇਗਾ ਅਤੇ ਕੋਈ ਵੀ ਸਿਆਸੀ ਭਾਸ਼ਣਬਾਜ਼ੀ ਨਹੀਂ ਕੀਤੀ ਜਾਵੇਗੀ। ਡੇਰਾ ਬਾਬਾ ਨਾਨਕ ਤੋਂ ਗੁਰਪ੍ਰੀਤ ਚਾਵਲਾ, ਜਗਬਾਣੀ TV।